सारे गिल ने लीरा भी डेयरी फार्मिंग 47 प्यार करने वाले भरावां दा तहे दिलों धन्यवाद। अज जो कि एक खास वीडियो बनाउन लगा, खास कह लो जां मेरे क्वेश्चन आंसर सीगे इन्हां नूं जिहड़े मैं पुछण लगा भाई उन्हां नूं, वो ये पुछने भी इन ब्रीडिंग जिवें आपां एक वीडियो बनाई सी एक झोटा जिहड़ा वह मझां क्रॉस करन तों बाद वह आपदियां धीआं दे उपर ही टपदा सी ते उन्हां दे मालक ने कहा सी भी ये इन ब्रीडिंग नहीं गी, उहदे बारे आपां विचार करांगे करांगे ते नाले तुहानूं झोटा दिखावांगे चंगी तरह। मेला दा ये दोंदा है, दो दंड डिगे हैं कि चौगा हो चलिया, चौगा हो चलिया, दो पूरे हो गए है ना। होर बई की हाल आ? ठीक ठाक जी वीर, वधिया वधिया वीर जी। यार ना कल एक आपां वीडियो बनाई आ उहदे विच ये गल सी भी मान ला भी आह झोटा खड़ा अपने को, हाँ जी हाँ जी, ये झोटे तों आपां लवाती मझ, हाँ जी, मझ लवाउण तों बाद ये झोटे की गां कट्टी पैदा हो गई, हाँ जी हाँ जी, उहदे लई फिर आपां नवां झोटा वरतना जां इही झोटा वरतना कट्टी दे ते? ਇਹ ਭਾਅ ਜੀ ਨਸਲ 'ਤੇ ਡਿਪੈਂਡ ਹੁੰਦਾ, ਨਸਲ ਦੀ ਨਹੀਂ ਤਾਂ ਮਤਲਬ ਝੋਟੇ ਦੀ ਨਸਲਾਂ ਹੁੰਦੀਆਂ, ਕਈ ਧੀਆਂ 'ਤੇ ਮਤਲਬ ਨਹੀਂ ਟੱਪਦੇ, ਕਈ ਨਹੀਂ ਟੱਪਦੇ ਹੈ, ਆਪਦੇ ਆਪ ਹੀ ਨਹੀਂ ਟੱਪਦੇ ਅਤੇ ਨੀਲੀ ਵਾਲੇ ਟੱਪ ਜਾਂਦੇ ਆ, ਨੀਲੀ ਵਾਲੇ ਟੱਪ ਜਾਂਦੇ, ਮੋਹਰਾ ਨਹੀਂ ਟੱਪਦਾ ਹੈ, ਮੋਹਰਾ ਨਹੀਂ, ਮੋਹਰਾ ਨਹੀਂ ਟੱਪਦਾ ਆਪਦੀਆਂ ਮੱਝਾਂ ਅਤੇ ਨੀਲੀ ਦਾ ਵੀ ਟੱਪਦਾ ਹੈ, ਕਈ ਨਸਲਾਂ ਹੁੰਦੀਆਂ ਇੱਦਾਂ ਦੀਆਂ। ਅੱਛਾ, ਜਿਹੜੀਆਂ ਨਹੀਂ ਟੱਪਦੀਆਂ। ਇੱਕ ਬਈਆ ਜਿਵੇਂ ਸਿੰਘ, ਕਈਆਂ ਦੇ ਸਿੰਘ ਸਾਫ਼ ਹੁੰਦੇ ਜਿਵੇਂ ਇਹਦੇ ਵਿੱਚ ਟੱਕ, ਇਹਦਾ ਵੀ ਕੋਈ ਹੈਗਾ ਫਰਕ? ਇਹਨਾਂ ਦੇ ਟੱਕ ਇੱਦਾਂ ਆ ਵੀ ਅਸੀਂ ਇਹਨਾਂ ਦੇ ਸਿੰਘ ਬਣਾਉਂਦੇ ਨਹੀਂ ਆ। ਅੱਛਾ, ਉਹ ਜਿਨ੍ਹਾਂ ਦੇ ਟੱਕ ਨਹੀਂ ਹੁੰਦੇ ਉਹ ਬਣਾਉਂਦੇ ਆ ਸਿੰਘ। ਅੱਛਾ, ਉਹ ਬਣਾਉਂਦੇ ਆ, ਉਹ ਬਣਾਉਂਦੇ ਆ ਸਿੰਘ ਨੂੰ ਰਗੜ ਕੇ। ਅੱਛਾ, ਤਾਂ ਟੱਕ ਖਤਮ ਹੋ ਜਾਂਦੇ, ਉਹ ਟੱਕ ਖਤਮ ਕੀਤੇ ਹੁੰਦੇ ਆ। ਅੱਛਾ, ਤੇ ਇਹਦੇ ਤੋਂ ਮੱਝਾਂ ਮੁੱਝਾਂ ਲੱਗੀ? ਅੱਛਾ, ਜਦੋਂ ਵੀ ਇਹਨਾਂ ਦੇ ਨਾਂ ਸਿੰਘ ਇਦਾਂ ਕਰੀਏ ਤੇ ਫਿਰ ਇਦਾਂ ਹੀ ਰਹਣੇ। ਠੀਕ ਆ, ਇਹਦੇ ਤੋਂ ਮੱਝਾਂ ਮੁੱਝਾਂ ਲੱਗੀਆਂਗਾ, ਮੱਝਾਂ ਬਣੀਆਂ ਇਹਦੇ, ਬੱਚੇ ਆਏ ਇਹਦੇ? ਨਹੀਂ, ਬੱਚੇ ਨਹੀਂ ਲੱਗਣਾ, ਮੱਝਾਂ ਗੱਭਣਾ। ਤੇ ਦੋਸਤੋ, ਅੱਜ ਜਿਹੜਾ ਤੁਹਾਡਾ ਇਹਨ ਬਰੀਡਿੰਗ ਵਾਲਾ ਸਵਾਲ ਸੀ ਉਹ ਵੀ ਕੀਤਾ, ਤੇ ਹੋਰ ਵੀ ਗਾਂ ਕਰਾਂਗੇ ਜਿੰਨੇ ਵੀ ਵੀਰ ਮਿਲਣਗੇ ਇਹਨ ਬਰੀਡਿੰਗ ਦਾ ਜਿਹੜਾ ਸਵਾਲ ਆ। ਬਾਕੀ ਤੁਸੀਂ ਝੋਟਾ ਦੱਸਿਓ ਬੂਰਾ ਇਹ ਨੀਲੀ ਰਾਵੀ ਵਾਲਾ ਬੂਰਾ, ਬਾਕੀ ਤੁਹਾਨੂੰ ਹੋਰ ਵੀ ਜਿਵੇਂ ਜਾਨਵਰ ਹੈਗੇ ਜਿਵੇਂ ਨੀਲੀ ਦੇ ਆ, ਝੋਟੀ ਨੀਲੀ ਦੀ ਆ ਚੰਗੀ ਆ, ਅਤੇ ਨੀਲੀ ਦਾ ਵੀ ਨੂੰ ਆਪਾਂ ਪਿਆਰ ਕਰਦੇ ਰਹੀਏ ਸਾਰੇ ਵੀਰ, ਅਤੇ ਤੁਹਾਡਾ ਤਹਿ ਦਿਲੋਂ ਧੰਨਵਾਦ, ਤੁਸੀਂ ਵੀ ਵੀਡੀਓ ਨੂੰ ਪਿਆਰ ਕਰਦੇ ਰਹੋ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਚੰਗੇ ਤੋਂ ਚੰਗੇ ਜਾਨਵਰ ਤੁਹਾਡੇ ਲਈ ਲੱਭ ਕੇ ਲਿਆਈਏ, ਅਤੇ ਹੋਰ ਜਾਨਵਰ ਜਿਹੜੇ ਤੁਹਾਨੂੰ ਵਿਖਾਵਾਂਗੇ, ਬਾਕੀ ਤੁਸੀਂ ਵੇਖ ਲਓ ਸਾਰੇ ਜਾਨਵਰ। ਓਕੇ, ਚਲੋ ਠੀਕ ਆ ਬਾਈ, ਓਕੇ, ਮਿਲਦੇ ਫਿਰ ਕਿਸੇ ਦਿਨ ਜਦੋਂ ਗਾਂ ਰਾਬਤਾ ਹੋਇਆ ਆਪਣਾ। ਠੀਕ ਹੈ ਜੀ, ਓਕੇ ਬਾਈ, ਧੰਨਵਾਦ।